ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਪਹੁੰਚੇ ਹਾਂ ਦੋਸਤੋ ਪਿੰਡ ਸੁਰ ਸਿੰਘ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ, ਵੀਰ ਗੁਰਲਾਲ ਸਿੰਘ ਹੁਣਾਂ ਦੇ ਕੋਲ ਆਏ ਹਾਂ ਦੋਸਤੋ। ਸੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਦੋਸਤੋ, ਪਸ਼ੂ ਵਪਾਰ ਦਾ ਕੰਮ ਆ ਵੀਰ ਗੁਰਲਾਲ ਹੁਣਾਂ ਦਾ। ਇਸੇ ਤਰ੍ਹਾਂ ਪਸ਼ੂ ਦੋਸਤੋ ਰੂਟੀਨ ਦੇ ਵਿੱਚ ਇਸ ਘਰੇ ਆਉਂਦੇ ਆ, ਤੇ ਜ਼ਿਆਦਾਤਰ ਵਿਹੜਾ ਵੀਰ ਲੈ ਕੇ ਆਉਂਦਾ, ਠੀਕ ਆ ਜੀ। ਸੇਲ ਪਰਚੇਜ ਦਾ ਕੰਮ ਆ, ਤਾਂ ਜ਼ਿਆਦਾਤਰ ਵਿਹੜਾ ਹੀ ਤੁਹਾਨੂੰ ਪਹਿਲਾਂ ਵੀ ਇਸ ਘਰੋਂ ਵੇਖਣ ਦੇ ਵਿੱਚ ਮਿਲਦੀਆਂ ਰਹੀਆਂ ਨੇ। ਅੱਜ ਵੀ ਤਿੰਨ ਵਿਹੜਾ ਤੁਹਾਨੂੰ ਦਿਖਾਉਣੀਆਂ, ਦੋ ਸੂਈਆਂ ਇੱਕ ਗੱਬਣ। ਸੋ ਤਿੰਨਾਂ ਪਸ਼ੂਆਂ ਦੀ, ਤਿੰਨਾਂ ਵਿਹੜਾਂ ਦੀ ਡਿਟੇਲ ਵੀਰ ਗੁਰਲਾਲ ਤੋਂ ਆਪਾਂ ਪੂਰੀ ਜਾਣਕਾਰੀ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਅੱਜ ਤਰੀਕ ਦੋਸਤੋ 22 ਮਈ ਆ, ਤੇ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ। ਸੋ ਪਸ਼ੂ ਚੰਗੇ ਹੁੰਦੇ ਆ ਦੋਸਤੋ, ਪਰ ਫਿਰ ਵੀ ਜਿਹੜਾ ਕੋਈ ਖਰੀਦਦਾਰ ਵੀਰ ਆ ਰਿਹਾ, ਜਿਹੜਾ ਪਸ਼ੂ ਕੱਬਣਾ, ਠੀਕ ਹੈ ਜੀ, ਚੌਂ ਥਣਾਂ ਦਾ ਤਿੱਪ ਕੇ ਭਰਾ ਕੇ ਤਸੱਲੀ ਤੁਸੀਂ ਕਰ ਲਿਓ। ਸੋਇਆ ਸੋਇਆ ਪਸ਼ੂ ਲੈ ਕੇ ਜਾਂਦਾ ਕੋਈ ਵੀਰ, ਤੇ 2 ਟਾਈਮ ਚੋਕੇ ਚਾਹੇ 3 ਟਾਈਮ ਚੋਕੇ ਆਪਣੀ ਤਸੱਲੀ ਆ, ਉਹ ਜ਼ਰੂਰ ਯਕੀਨੀ ਬਣਾ ਲਿਓ, ਠੀਕ ਹੈ ਜੀ। ਆਓ ਲੈਂਦੇ ਹਾਂ ਵਧੇਰੇ ਡਿਟੇਲ, ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਵੀਰ ਗੁਰਲਾਲ, ਸਤਿ ਸ੍ਰੀ ਅਕਾਲ ਮਹਾਰਾਜ। ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ, ਠੀਕ ਠਾਕ ਜੀ? ਬਹੁਤ ਵਧੀਆ ਭਰਾ ਜੀ, ਠੀਕ ਠਾਕ। ਹਾਂਜੀ ਹਾਂਜੀ, ਕਿਰਪਾ ਵਾਹਿਗੁਰੂ ਜੀ, ਚੜ੍ਹਦੀ ਕਲਾ ਜੀ। ਠੀਕ ਹੈ ਜੀ, ਠੀਕ ਆ। ਤੇ ਗੁਰਲਾਲ ਵੀਰ, ਥੋੜਾ ਲੰਬਾ ਸਮਾਂ ਹੀ ਹੋ ਗਿਆ, ਮੈਨੂੰ ਤਾਂ ਮਹੀਨਾ ਹੀ ਹੋ ਗਿਆ ਵਿੱਚ ਪੈ ਗਿਆ ਸੰਧੂ ਸਾਹਿਬ। ਐਂ ਜੀ ਨਾ, ਚਲੋ ਮਾਲ ਮਹਾਰਾਜ ਮੇਰੇ ਨਾਲ ਥੋੜਾ ਬਾਹਰੋਂ ਘੱਟ ਲੱਭਦਾ ਵਾ, ਇੱਕ ਅੱਧਾ ਪਸ਼ੂ ਲੱਭਦਾ, ਦੋ ਲੱਭ ਗਏ, ਤੇ ਉਹ ਜਿੰਨੇ ਚਿਰ ਨੂੰ ਵੀਡੀਓ ਦਾ ਸਮਾਂ ਬੰਦਾ ਉਹਨੇ ਚਿਰ ਨੂੰ ਮਾਲ ਵਿਕ ਜਾਂਦਾ, ਸੇਲ ਹੋ ਜਾਂਦਾ। ਹਾਂਜੀ ਹਾਂਜੀ, ਲੋਕਲ ਅੱਡੇ ਤੇ ਵੀ ਸੇਲ ਵਿਕਦਾ, ਤੇ ਨਾਲੇ ਨਾ ਥੋੜਾ ਜਿਹਾ ਕਰੀ ਡੱਕਿਆ, ਮਿਸਤਰੀ ਮੁਸਤਰੀ ਲੱਗੇ ਸੀ ਘਰੇ, ਤੇ ਇੱਕ ਤੇ ਕਣਕਾਂ ਕੁਣਕਾਂ ਸਾਂਭਦੇ ਰਹੇ, ਤੂੜੀ ਤਾਂਦੇ ਰਹੇ। ਅੱਛਾ ਅੱਛਾ, ਹਾਂਜੀ ਠੀਕ ਹੈ ਜੀ, ਠੀਕ ਹੈ। ਹਾਂਜੀ, ਲੈ ਵੀ ਗੁਰਲਾਲ, ਅੱਜ ਵੀਰੇ ਪਸ਼ੂ ਆਪਣੇ ਕੋਲ 3 ਆ। ਹਾਂਜੀ ਸੰਧੂ ਸਾਹਿਬ, 3 ਵੈੜਾ, ਇੱਕ ਉਹ ਪਹਿਲੇ ਸੂਏ ਵੈੜਾ ਜਰਸੀ ਕ੍ਰੋਸ ਵਾ, ਤੇ ਉਹ ਲੈ ਜੂ ਜੇ 8 ਦਿਨ, ਇਹ ਗੱਬਣ ਹਨ। ਹਾਂਜੀ ਇਹ ਗੱਬਣ ਵਾ, ਤੇ ਆਹ ਸੰਧੂ ਸਾਹਿਬ ਪਰਸੋਂ ਦੀ ਵੈੜ ਸੂਈ ਆ, ਦੂਜਾ ਸੂਆ। ਠੀਕ ਆ ਜੀ, ਹਾਂਜੀ, ਇਹ ਵੀ ਜਰਸੀ ਕ੍ਰੋਸ ਤੇ ਐਰ ਸ਼ਰ ਦਾ ਥੋੜਾ ਜਿਹਾ ਪੱਖ ਰੱਖਦੀ ਹੈ, ਇਹਦੇ ਮਗਰ ਬੱਚਾ ਪਰਸੋਂ ਹੀ ਸੂਈ ਆ, 11-12 ਕਿਲੋ ਬਾਹਲਾ ਹੋਊਗਾ। ਠੀਕ ਆ ਜੀ, ਤੇ ਆਹ ਜਿਹੜੀ ਤੀਜੇ ਸੂਏ ਸੰਧੂ ਸਾਹਿਬ ਗਾਂ ਸੂਈ ਆ, ਹਾਂਜੀ, ਇਹਦੇ ਮਗਰ ਬੱਚਾ ਵਾ ਸੰਧੂ ਸਾਹਿਬ, ਇਹਨੂੰ 20 ਤੋਂ 25 ਦਿਨ ਹੋ ਗਏ, ਕੋਈ ਵੀਰ ਭੈਣ ਭਰਾ ਮਹੀਨਾ ਵੀ ਮੰਨ ਸਕਦਾ ਸੂਈ ਨੂੰ। ਠੀਕ ਆ, ਤੇ ਦੁੱਧ ਸੰਧੂ ਸਾਹਿਬ ਇਹਦੇ ਥੱਲੇ ਵਿਖਾਵੇ ਵਾਲਾ, ਤੇ ਭਲਾ 22-23 ਕਿਲੋ ਵੀ ਹੋਵੇ, ਜਿਹੜਾ ਠੰਡਾ ਦੁੱਧ ਆਪਾਂ ਬਣਾ ਦੇਣਾ, 20 ਲੀਟਰ ਦੁੱਧ ਹੋਊਗਾ ਪੱਕਾ। 20 ਲੀਟਰ, ਹਾਂਜੀ, 2 ਡੰਗ ਛੱਡ ਕੇ 3 ਡੰਗ ਕੋਈ ਭੈਣ ਭਰਾ ਚੋਗੇ ਖੜੇ ਆਪਣੇ ਕੋਲ। ਠੀਕ ਆ ਜੀ ਜੀ, ਤੇ ਮਹੀਨੇ ਕ ਦਾ ਕੋਈ ਐਸਟੀਮੇਟ ਮੰਨ ਲੇ ਸੰਧੂ ਸਾਹਿਬ, ਸੂਈ ਨੂੰ 20-25 ਦਿਨ ਮਾ, ਉਹ ਬੱਚਾ ਅੰਦਰ ਬੱਜਾ, ਉਹ ਵੀ ਆਪਾਂ ਵਿਖਾ ਦੇਣਾ ਭੈਣ ਭਰਾਵਾਂ ਨੂੰ, ਪਰ ਮਹੀਨੇ ਦੀ ਮੰਨ ਕੇ ਚੱਲੇ ਕੋਈ ਸੱਜਣ, ਅਜੇ ਸਿੰਘ ਸੁੰਘ ਕੋਈ ਨਹੀਂ ਨਿਕਲਿਆ ਬੱਚੇ ਨੂੰ। ਸੂਆ ਤੀਜਾ, ਹਾਂਜੀ ਸੂਆ ਤੀਜਾ ਸੰਧੂ ਸਾਹਿਬ। ਲਓ ਦੋਸਤੋ, ਸੂਆ ਤੀਜਾ, ਮਹੀਨੇ ਕ ਦੇ ਹੇਠ ਗੇੜ ਤੁਸੀਂ ਜਿਹੜਾ ਸਮਾਂ ਮੰਨ ਲਿਓ, ਤੇ ਬਾਕੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਆਪਾਂ ਨੇੜਿਓਂ ਦਿਖਾਉਣ ਦੀ ਕਰਦੇ ਹਾਂ ਕੋਸ਼ਿਸ਼। ਆਹ ਦੇਖੋ ਜੀ, ਠੀਕ ਆ ਜੀ, ਸੁਖਬਹਿਣੀ ਵਾਲੀ ਸਾਈਡ ਤੋਂ ਆਪਾਂ ਦਿਖਾ ਰਹੇ ਆ, ਆਹ ਥਣ ਦੇਵਾ, ਠੀਕ ਆ ਜੀ, ਆਹ ਥਣ ਭਾਂਡਾ, ਤੇ 20 ਕਿਲੋ ਇਸ ਵਕਤ ਦੇ ਥੱਲੇ ਦੁੱਧ ਹਾਜ਼ਰ ਆ, ਜਿੱਦਾਂ ਵੀਰ ਗੁਰਲਾਲ ਨੇ ਦੱਸ ਹੀ ਦਿੱਤਾ। ਬਾਕੀ ਚੋਣ ਚਣ ਗੁਰਲਾਲ ਕਿੱਦਾਂ ਭਰਾ ਸੰਧੂ ਸਾਹਿਬ? 1 ਨੰਬਰ ਮਹਾਰਾਜ ਦੀ, ਮੇਰੇ ਨਾਲ ਕੋਈ 2 ਡੰਗ ਛੱਡ ਕੇ 3 ਡੰਗ ਚੋਵਿਆ ਤਸੱਲੀ ਕਰੇ। ਚਲੋ ਜਿੰਨਾ ਭੈਣ ਭਰਾਵਾਂ ਤੋਂ ਆਪਾਂ ਲਈ, ਉਹ ਤੇ ਮਸ਼ੀਨ ਤੇ ਚੁੰਦੇ ਸੀ। ਅੱਛਾ ਜੀ, ਤੇ ਚਲੋ ਆਪਾਂ 2 ਡੰਗ ਉੱਥੋਂ ਐ ਹੱਥ ਨਾਲ ਚਵਾਈ ਕਰਕੇ ਲਿਆਂਦੀ, ਤੇ ਇੱਥੇ ਵੀ ਆਪਾਂ ਹੱਥ ਨਹੀਂ ਚੋਣ ਲੈ। ਠੀਕ ਹੈ ਜੀ, ਹਾਂਜੀ ਹਾਂਜੀ, ਲਓ ਵੀ ਭਰਾਵੋ, ਠੀਕ ਆ ਜੀ, ਇਹ ਮੂੰਹ ਮੱਥੇ ਦੀ ਆ ਫੇਸ ਕੁਆਲਿਟੀ ਆ, ਕੱਦ ਵੱਡਾ, ਠੀਕ ਆ ਜੀ, ਵੱਡੇ ਕੱਦ ਵਿੱਚ, ਤੇ ਮਗਰ ਦੇ ਵੱਛਾ ਮੇਲ ਕਾਫ 20 ਕਿਲੋ ਹੁਣ ਜਿਹੜਾ ਮੌਕੇ ਤੇ ਤਿਆਰ ਆ। ਬਾਕੀ ਅੱਗੇ ਸੇਵਾ ਕਰਕੇ ਦੋਸਤੋ ਵਧਾਉਣਾ ਘਟਾਉਣਾ, ਉਹ ਅੱਗੇ ਚੰਗੀ ਸੇਵਾ ਤੇ ਨਿਰਭਰ ਕਰਦਾ। ਚੰਗੀ ਸੇਵਾ ਕਰ ਲੂ ਕੋਈ ਵੀਰ, ਤੇ ਦੁੱਧ ਤੁਸੀਂ ਵਧਾ ਵੀ ਸਕਦੇ ਜੇ ਜੋ ਹੁਣ ਮੌਕੇ ਤੇ ਤੁਸੀਂ ਜੋਗੇ ਲੈ ਜਾਓਗੇ। ਠੀਕ ਆ, ਸੋ ਹਾਈਟ ਕੱਦ ਵੱਡਾ ਦੋਸਤੋ, ਹਵਾਨਾ ਲੇਵਾ ਤੁਸੀਂ ਵੇਖ ਹੀ ਰਹੇ ਜੀ, ਠੀਕ ਆ ਜੀ, ਤੇ ਵੱਡੇ ਹਵਾਨੇ ਲੇਵੇ ਦੇ ਵਿੱਚ ਆ ਸੂਹਾ, ਫੇਸ ਕੁਆਲਿਟੀ।
ਲਓ ਜੀ, ਠੀਕ ਆ ਠੀਕ ਆ ਜੀ। ਤੇ ਗਰਲਾਂ ਨੇ ਤਾਂ ਮੁੱਲ ਕੀ ਕੀਤਾ ਵੀਰ ਫਿਰ? ਸੰਧੂ ਸਾਹਿਬ ਚਲੋ ਜੇ ਤੇ ਸਿਆਲ ਹੁੰਦਾ ਫਿਰ ਤੇ ਇਹੋ ਜਿਹੀ 75-80 ਦੀ ਵੀ ਮਾਰੀ ਜਿਹੜੀ ਗੱਲ ਆ। ਹਾਂਜੀ, ਅੱਜ ਮੁੱਲ 55 ਕਰੀਏ, 60 ਕਰੀਏ, ਆਪਾਂ 52,000 ਦੀ ਉੱਚੀ ਦੇ ਦਾਂਗੇ। 52 ਦੀ ਜੀ, ਇਹ ਕਸਰਾ ਕੁਸਰਾ ਕੱਢ ਕੇ ਪੂਰਾ ਦੇ ਦਈਏ ਮਾਲ ਹੈ। ਸੰਧੂ ਸਾਹਿਬ 50,000 ਦੀ ਗਾਂ ਦੇ ਦਾਂਗੇ ਐਂਡ ਜਿਹੜੀ। ਯੈਸ ਨੂੰ ਹੈ। ਹਾਂਜੀ ਯੈਸ ਨੂੰ ਹੀ। ਦੁੱਧ 20 ਕਿਲੋ ਸੰਧੂ ਸਾਹਿਬ ਜੇ ਕਹਿ ਤਾਂ ਇਹ ਨਹੀਂ ਵੀ ਕਹਿ ਦਿੱਤਾ ਵਾ, 2 ਡੰਗ ਛੱਡ ਕੇ 3 ਡੰਗ ਕੋਈ ਭੈਣ ਭਰਾ ਐ ਤਸੱਲੀ ਨਾਲ ਚੋਗੀ ਕਰੇ। ਠੀਕ ਹੈ ਜੀ। ਹਾਂਜੀ, ਐਂ ਲੀਟਰ ਮਰਾਵਾਂਗੇ ਆਪਾਂ, 2 ਡੰਗ ਐਂ ਤਸੱਲੀ ਕਰਾਵਾਂਗੇ। ਲਓ ਦੋਸਤੋ, 50,000 ਦੀ ਮਿਲ ਜੂਗੀ ਤੁਹਾਨੂੰ। ਠੀਕ ਹੈ, ਡਿਮਾਂਡ 52-55 ਚੋਹੇ ਕੁਛ ਵੀ ਆ। ਬੱਚਾ ਵੀ ਸੰਧੂ ਸਾਹਿਬ ਖਾ ਦਿਓ। 50,000 ਜੈਸ ਨੂੰ ਬੱਚਾ ਇੱਕ ਵਾਰੀ ਤੁਹਾਨੂੰ ਦਿਖਾ ਦੇਗੀ ਜਿਹੜਾ ਇਹਦੇ ਮਗਰ ਆ। ਆ ਬੱਚਾ, ਠੀਕ ਆ, ਸੀਮਨ ਸੂਮਨ ਸੰਧੂ ਸਾਹਿਬ ਚੰਗਾ ਭਰਾ ਹੈ ਹੁਣ। ਅਜੇ ਸਿੰਘ ਸੁੰਘ ਕੋਈ ਨਹੀਂ ਨਿਕਲਿਆ, ਚਲੋ ਉਹਨਾਂ ਤੇ ਆਖਿਆ 20-22 ਦਿਨ ਹੋਏ ਆ, ਪਰ ਕੋਈ ਭੈਣ ਭਰਾ ਮਹੀਨਾ ਮੰਨ ਸਕਦਾ ਜੀ। ਠੀਕ ਹੈ ਜੀ। ਹਾਂਜੀ, ਲਓ ਜੀ, ਠੀਕ ਆ। ਸੋ ਇਹ ਬੱਚਾ ਦੋਸਤੋ, ਇਥੋਂ ਤੁਸੀਂ ਅੰਦਾਜ਼ਾ ਲਾ ਲਿਓ। ਠੀਕ ਆ ਜੀ, ਇਹ ਬੱਚਾ ਮਗਰ ਬੱਛਾ ਮੇਲ ਕਾਫ ਤੇ 50,000 ਦੀ ਇਹ ਤੁਹਾਨੂੰ ਵੈੜ ਮਿਲ ਜੂਗੀ। 20 ਕਿਲੋ ਦੁੱਧ ਦੀ ਮਾਲਕਣ, 20 ਕਿਲੋ ਦੁੱਧ ਤੇ ਹੁਣ ਚੱਲ ਰਹੀ ਹੈ। ਅੱਗੇ ਸੈਕਿੰਡ ਨੰਬਰ ਤੇ ਜਰਸੀ ਕ੍ਰੋਸ ਆ ਗਈ ਆਪਣੇ ਕੋਲ। ਹਾਂਜੀ ਹਾਂਜੀ ਸੰਧੂ ਸਾਹਿਬ, ਇਹ ਦੂਜਾ ਸੂਆ ਸੂਈ ਆ। ਹਾਂਜੀ, ਇਹਦੇ ਥੱਲੇ 11-12 ਕਿਲੋ ਬੋਲਾ ਹੋਊਗਾ, ਪਰਸੋਂ ਦੀ ਸੂਈ ਆ। 11-12 ਕਿਲੋ। ਹਾਂਜੀ, ਇਹਦੇ ਮਗਰ ਬੱਛਾ ਸੰਧੂ ਸਾਹਿਬ। ਮਗਰ ਇਹਦੇ ਵੀ ਬੱਛਾ ਆ ਗਿਆ। ਹਾਂਜੀ, ਠੰਡੀਆਂ ਸੀਲਸ ਲੱਗ ਕੋਈ ਉਹੋ ਜਿਹੀ ਲੱਤ ਛੜੀ ਵਾਲੀ ਖੇਡ ਨਹੀਂ। ਲਓ ਜੀ, ਮਗਰ ਇਹਦੇ ਵੀ ਬੱਛਾ ਦੋਸਤੋ, ਤੇ 11-12 ਕਿਲੋ ਨੈਟ ਜਿਹੜਾ ਸੰਧੂ ਸਾਹਿਬ, ਠੰਡਾ ਜਿਹੜਾ 12 ਲੀਟਰ ਬੋਲਾ ਹੋਊਗਾ, ਵਿਖਾਵਾ ਜਿੰਨਾ ਮਰਜ਼ੀ ਕਰੀ ਜਾਵੇ। ਲਓ ਜੀ, ਦੂਆ ਸੂਆ ਇਹਦਾ ਵੀ ਦੂਜਾ। ਹਾਂਜੀ, ਦੂਜਾ ਸੂਆ ਸੰਧੂ ਸਾਹਿਬ, ਦੂਜਾ ਸੂਆ। ਠੀਕ ਜੀ, ਲਓ ਵੀ ਦੂਜੇ ਸੂਬੇ ਦੇ ਵਿੱਚ ਆ ਦੋਸਤੋ। ਠੀਕ ਹੈ ਜੀ, ਤੇ ਦਿਨ ਹਜੇ ਥੋੜੇ ਹੀ ਹੋਏ ਆ ਸੂਈ ਨੂੰ, ਤੇ 11-12 ਲੀਟਰ ਕੋਈ ਬੋਲਾ ਮੰਨ ਕੇ ਤੁਸੀਂ ਸੌਦਾ ਕਰ ਲਿਓ। ਬਾਕੀ ਥਾਨ ਤੁਹਾਨੂੰ ਪੂਰਾ ਹੱਥੀ ਚਵਾਈ ਵਾਲਾ, ਆਹ ਬੈਕ ਸਾਈਡ ਤੋਂ ਜਿਹੜੇ ਮਗਰਲੇ ਥਾਣਾ, ਆਹ ਵੇਖ ਕੇ ਤੁਸੀਂ ਚੈੱਕ ਕਰ ਲਓ। ਠੀਕ ਆ, ਹੱਥੀ ਚਵਾਈ ਵਾਲਾ ਥਾਣਾ, ਅਗਲੇ ਪਿਛਲੇ ਥਾਣਾ ਦਾ ਸਹਿਜ ਕੋਈ 3-4 ਇੰਚ ਤੇ ਥਾਣਾ ਹੈਗਾ। ਤੇ ਕੱਦ ਇਸ ਵੈੜ ਦਾ ਦੋਸਤੋ ਮੀਡੀਅਮ ਤੋਂ ਪਲੱਸ ਹਾਈਟ ਆ। ਮੀਡੀਅਮ ਨੋਰਮਲ, ਇੱਕ ਆਪਾਂ ਪੰਜਾਬ ਵਾਲੀ ਜਰਸੀ ਵੇਖ ਲੈਂਦੇ ਹਾਂ, ਉਹਦੇ ਥੋੜ੍ਹੇ ਬਰਾਬਰ ਜੀ ਇਹਦੀ ਹਾਈਟ ਆ। ਤੇ ਹਏ ਕ੍ਰੋਸ ਅੰਗ ਦੇ ਵਿੱਚ, ਠੀਕ ਆ, ਜਰਸੀ ਆ, ਜਰਸੀ ਕ੍ਰੋਸ ਅੰਗ ਵਿੱਚ। ਸੰਧੂ ਸਾਹਿਬ, ਚੋਣ ਜਾਣ ਇੰਨੀਆਂ ਠੰਡੀਆਂ ਕਰਮਾਂ ਵਾਲੀਆਂ ਵੀ ਕੋਈ ਵੰਗਾ ਪਾਉਣਾ ਪਾਓ, ਨਹੀਂ ਪਾਉਣਾ ਨਾ ਪਾਓ, ਇਤਰਾ ਹੀ ਮਾਰ ਕੇ ਥਾਪੀ ਥੱਲੇ ਬਹਿ ਜਾਓ। ਠੀਕ ਆ। ਹਾਂਜੀ, ਲਓ ਜੀ, ਠੀਕ ਆ। ਸੋ ਇੱਕ ਬਹਿਣੀ ਵਾਲੀ ਸਾਈਡ ਤੋਂ ਦੋਸਤੋ, ਆਹ ਥਣ ਤੁਸੀਂ ਸਾਈਡ ਤੋਂ ਵੇਖ ਲਓ ਇੱਕ ਵਾਰੀ, ਆਹ ਥਣ ਦੇਵਾ। ਠੀਕ ਆ ਜੀ, ਮੋਸਟਲੀ ਜਿਹੜੇ ਬੰਨੇ ਬੈਠ ਕੇ ਆਪਾਂ ਚਵਾਈ ਕਰਦੇ ਹਾਂ, ਵਿਰਲ ਬੁਰਲ ਜਿੰਨੇ ਵੀ ਆ, ਬਿਲਕੁਲ ਤੁਹਾਡੇ ਸਾਹਮਣੇ ਹੱਥੀ ਚਵਾਈ ਦਾ ਥਣ। ਬਾਕੀ ਚੋਣ ਚੋਣ ਬਰਾਬਰੂ ਐਨ ਪੋਲਾ ਬਿਲਕੁਲ। ਮੈਂ ਨਾ ਸੰਧੂ ਸਾਹਿਬ ਤੁਹਾਨੂੰ ਦੱਸਿਆ ਵੀ 2 ਡੰਗ ਛੱਡ ਕੇ 3 ਡੰਗ ਕੋਈ ਭੈਣ ਭਰਾ ਚੋਵੇ, ਕਿਉਂਕਿ ਸੂਈਆਂ ਸਵਾਈਆਂ ਕਿਹੜੀਆਂ ਗੱਬਣਾ ਵਾ, ਤੇ ਐਂ ਤਸੱਲੀ ਕਰਕੇ ਖੜੇ ਚੋਣ ਚਾਣ ਇੱਕ ਨੰਬਰ ਦਿਓ ਜੀ। ਸੋ ਦੋਸਤੋ, ਇਹ ਸੈਕਿੰਡ ਨੰਬਰ ਤੇ ਆ ਬੈਠ, ਠੀਕ ਆ, ਜਰਸੀ ਕ੍ਰੋਸ ਅੰਗ ਦੇ ਵਿੱਚ। ਸੋ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਚਲੋ ਜਰਸੀ ਪਿਓਰ ਦੇ ਵਿੱਚ, ਚਾਹੇ ਥੋੜਾ ਬਹੁਤਾ ਕ੍ਰੋਸ ਵਿੱਚ ਪਸ਼ੂ ਖਰੀਦਣ ਦੀ, ਅਡਰ ਉਡਰ ਕੁਆਲਿਟੀ ਚੰਗੀ ਆ, ਬੌਲੇ ਤੇ ਆ, ਬੌਲੇ ਨੂੰ ਬੌਲੇ ਦੀ ਥਾਂ ਮੰਨ ਕੇ ਤੁਸੀਂ ਖਰੀਦਦਾਰੀ ਕਰ ਲਿਓ। ਅੱਗੇ ਦੁੱਧ ਫਿਰ ਉੱਥੇ ਗੱਲ ਆ ਜਾਂਦੀ ਹੈ ਦੋਸਤੋ, ਦੁੱਧ ਸੇਵਾ ਦਾ। ਠੀਕ ਆ, ਸੇਵਾ ਚੰਗੀ ਹੋਊਗੀ ਦੁੱਧ, ਬੇਸ਼ੱਕ ਹੋ ਸਕਦਾ ਵੀ ਜਿਹੋ ਜਿਹਾ ਭਾਂਡਾ ਹਵਾਨਾ ਦੁੱਧ ਗਰਲਾਲ ਵੈਸੇ ਕਿੰਨਾ ਕੁ ਚਵਾ ਦੂਗੀ। ਸੰਧੂ ਸਾਹਿਬ, ਪਹਿਲੇ ਸੂਏ ਨੇ 14-15 ਕਿਲੋ ਦੁੱਧ ਕੱਢਿਆ, ਆਪਾਂ ਐਵੇਂ ਕਹਿ ਦਈਏ ਵੀ ਇਹਨੇ 20 ਕਿਲੋ ਦਿੱਤਾ, ਫਾਇਦਾ ਕੋਈ ਨਹੀਂ। ਸੰਧੂ ਸਾਹਿਬ ਚਲੋ ਭੈਣ ਭਰਾਵਾਂ ਨੇ ਹੱਕ ਦੀ ਕਮਾਈ ਦੇ ਪੈਸੇ ਲਾਉਣੇ ਆ। ਦੁੱਧ ਸੰਧੂ ਸਾਹਿਬ 16-17 ਕਿਲੋ ਦੂਜੇ ਸੂਏ ਰਮਾਨ ਨੇ ਦੇ ਜੂ। 16-17 ਹਾਂਜੀ, ਰਮਾਨ ਨੇ ਦਊਗੀ 12-13 ਕਿਲੋ, ਠੰਡਾ ਬੋਲਾ ਹੀ ਆ ਨਾ ਜਿਹੜੀ ਗੱਲ। ਲਓ ਜੀ, 15 ਤੋਂ ਮੀਨਸ ਕਹਿਣ ਦਾ ਵੀ 15 ਤੋਂ ਪਲੱਸ ਚਵਾ ਦੂ। ਹਾਂਜੀ ਹਾਂਜੀ, ਲਓ ਜੀ, ਲੈ ਵੀ ਗਰਲਾਲ ਇੱਕ ਤਾਂ ਮੁੱਲ ਦੱਸ ਦਈਏ, ਨਾਲ ਦੀ ਨਾਲ ਬੱਚਾ ਦਿਖਾ ਦਾਂਗੇ। ਇਹ ਸੰਧੂ ਸਾਹਿਬ ਮੁੱਲ ਭਲਾ 60 ਕਰੀਏ, 65 ਕਰੀਏ, ਇਹ ਜਿਹੜੀ ਲੈ ਦੇ ਆਪਾਂ 56,000 ਦੀ ਬਚੀ ਐਂਡ ਦਵਾਂਗੇ। ਠੀਕ ਹੈ। ਹਾਂਜੀ, ਲਾਸਟ ਜਿੰਨੇ ਦੀ ਆਪਾਂ ਦੇ ਦੇਣੀ ਉਹ ਚੋਂ ਛੋੜ ਛਪਾਈ ਹੋਣਾ। 56 ਚੋਂ ਜੀ,
ਲਓ ਜੀ। ਸੋ 56,000 ਦੇ ਵਿੱਚੋਂ ਦੋਸਤੋ ਮਾਨ ਤਾਣ ਛੋੜ ਛਾਪਾ ਹੋਊਗਾ, ਠੀਕ ਹੈ ਜੀ। ਅਤੇ ਬਾਕੀ ਤੁਸੀਂ ਇੱਕ ਵਾਰੀ ਥਾਣ ਫਿਰ ਨੇੜੇ ਤੋਂ ਦੇਖ ਲਓ। ਸੋ ਕੋਈ ਵੀ ਔਨਲਾਈਨ ਸੁਵਿਧਾ ਕਰਦਾ ਤਾਂ ਬੇਸ਼ੱਕ ਤੁਸੀਂ ਵੀਡੀਓ ਕਾਲ 'ਤੇ ਵੀ ਚਵਾ ਕੇ ਤਸੱਲੀ ਕਰਵਾ ਸਕਦੇ ਜੀ। ਬਾਕੀ ਥਾਣ ਤੁਹਾਨੂੰ ਵੇਖੋ, ਠੀਕ ਹੈ ਜੀ, ਹੈ ਪੂਰੀ ਠੰਡੀ ਧੀਰੀ ਆ, ਆਹ ਦੇਖੋ, ਠੀਕ ਆ। ਸੋ ਬੱਚਾ ਇੱਕ ਵਾਰੀ ਤੁਹਾਨੂੰ ਇਹਦਾ ਦਿਖਾ ਦਿੰਦੇ ਹਾਂ। ਹਾਂਜੀ, ਵਿਖਾ ਦਿਓ ਸੰਧੂ ਸਾਹਿਬ। ਅਤੇ ਆਹ ਬੱਚਾ ਮੇਲ ਕਾਫ ਮਗਰ ਬੱਛਾ, ਠੀਕ ਆ, ਪਰਸੋਂ ਸੂਈ ਸੰਧੂ ਸਾਹਿਬ ਜੀ। ਠੀਕ ਆ ਜੀ। ਲੈ ਵੀ ਗਰਲਾਲ ਅੱਗੇ ਆਪਣੇ ਕੋਲ ਜਿਹੜੀ ਆ ਵੀ ਕ੍ਰੋਸਿੰਗ ਜਰਸੀ। ਹਾਂਜੀ ਸੰਧੂ ਸਾਹਿਬ, ਇਹ ਪਹਿਲਾ ਸੂਆ ਸੁਣੀ ਹੈ ਜੀ, ਪਹਿਲਣ ਬੱਛੀ ਆ ਜੀ। ਠੀਕ ਆ ਜੀ, ਸਮਾਂ ਵੈਸੇ ਤਿਆਰੀ ਆ, ਲੈ ਜੀ ਸੰਧੂ ਸਾਹਿਬ, ਅਜੇ 8 ਤੋਂ 10 ਦਿਨ ਲੈ ਜੂ, ਅਜੇ ਖੱਟਾ ਸ਼ਹਿਦ ਆਉਂਦਿਆ ਥਣਾ ਚੋਂ। ਠੀਕ, ਹਾਂਜੀ, ਕੋਈ ਅਜੇ ਸੂਣ ਵਾਲੀ ਗੱਲਬਾਤ ਨਹੀਂ, ਉਤਰਾ ਕਰਮ ਵਾਲੀ ਦੀ। ਬਾਕੀ ਸੀਲ ਸਲੱਗ ਠੰਡੀ ਠੁੱਡੀ ਬੜੀ ਹੈ ਜੀ, ਖਾਣ ਥੂਣ ਬੜਾ ਲੱਗਾ ਵਛੀ ਨੂੰ। ਦੁੱਧ ਪਹਿਲੇ ਸੂਏ, ਚਲੋ ਆਪਾਂ 20-22 ਨਹੀਂ ਕਹਿੰਦੇ, 14-15 ਕਿਲੋ ਦੁੱਧ ਮਾਨਾ ਦੇ ਜੂ ਵਛੀ, ਕ੍ਰੋਸ ਵਾ, ਕੋਈ ਗਰਮੀ ਨਹੀਂ। ਲਓ ਦੋਸਤੋ, ਵੈਸੇ ਥਣ ਭਾਂਡੇ ਦੀ ਪੂਰੀ ਕਮਾਲ, ਹਾਈਟ ਮੀਡੀਅਮ ਦੇ ਵਿੱਚ, ਨੋਰਮਲੀ ਆਪਾਂ ਇੱਕ ਜਰਸੀ ਬ੍ਰੀਡ ਦੇ ਵਿੱਚ ਬੈੜਾ ਦੇਖਦੇ ਹਾਂ, ਅਤੇ ਥੋੜ੍ਹਾ ਬਹੁਤਾ ਤੁਸੀਂ ਕ੍ਰੋਸ ਮੰਨ ਲਿਓ, ਪਰ ਰੰਗ ਇੱਕ ਆ, ਠੀਕ ਆ ਜੀ, ਇੱਕ ਰੰਗ, ਅਤੇ ਥਣ ਤੁਹਾਨੂੰ ਪੂਰਾ ਹੱਥੀ ਚਵਾਈ ਜਿਹੜਾ ਨਿਕਲ ਕੇ ਸਾਹਮਣੇ ਆਊਗਾ। ਹਫ਼ਤਾ 8 ਕੁ ਦਿਨ ਹਜੇ ਸਮਾਂ ਬਾਕੀ ਆ ਸੂਣ ਦੇ ਵਿੱਚ, ਠੀਕ ਆ ਜੀ, ਹਫ਼ਤਾ 8 ਕੁ ਦਿਨ ਮੰਨ ਕੇ ਤੁਸੀਂ ਵੀ ਸੌਦਾ ਕਰ ਲਿਓ, ਦਿਨ ਲੈ ਜੂ ਅਜੇ ਆਰਾਮ ਨਾਲ ਇਹਨੇ। ਅਤੇ ਬਾਕੀ ਕੱਦ ਘਾਟੀ ਸੋਹਣੀ ਆ, ਠੰਡੀ ਧੀਰੀ, ਸੇਲ ਸਲੱਗ ਆ ਸਾਹਮਣੇ ਤੁਸੀਂ ਵੇਖ ਲਓ, ਠੀਕ ਆ। ਆਹ ਲਓ ਜੀ, ਥਣ ਦੇ ਵੇ ਜਿਆ ਕਰੋ ਚੈੱਕ, ਬਿਲਕੁਲ ਸੋਹਣੇ ਥਣ ਆ, ਅਗਲੇ ਨਾਲ ਅਗਲਾ ਅਤੇ ਪਿਛਲੇ ਨਾਲ ਪਿਛਲਾ ਬਿਲਕੁਲ ਸਾਈਜ਼ ਵਿੱਚ ਬਰਾਬਰ। ਲੈ ਵੀ ਗਰਲਾਲ ਵੀਰ ਖੋਲ ਲਾ, ਇਹ ਵੀ ਤੋੜ ਕੇ ਦਿਖਾ ਦੇ। ਠੀਕ ਆ, ਸੋ ਤਿੱਪਣ ਦੋਸਤੋ ਹਜੇ ਸ਼ਾਇਦ ਆਉਂਦਾ, ਠੀਕ ਆ ਜੀ, ਬਿਲਕੁਲ ਗੂੰਦ ਹੀ ਆਉਂਦੀ ਹੈ ਜੇ ਤਿੱਪਣ, ਤੇ ਹਜੇ ਬੋਲਾਂ ਸੰਧੂ ਸਾਹਿਬ, ਜਿਹੜਾ ਵੀ ਭੈਣ ਭਰਾ ਖਰੀਦ ਕਰੂਗਾ, ਪਹਿਲੀ ਗੱਲ ਆਪਣੇ ਘਰੋਂ ਤਸੱਲੀ ਕਰਕੇ ਖੜੇ, ਨਹੀਂ ਤਾਂ ਆਪਦੇ ਘਰ ਲਵਾ ਕੇ ਬੱਚੀ ਤਿੱਪ ਕੇ ਐਂ ਤਸੱਲੀ ਕਰਕੇ ਫੇਰ ਪਈਏ ਦਵੇ ਆਪਾਂ। ਸੋ ਆਲਮੋਸਟ ਤਿਆਰੀ ਵਾਲੀ ਬੈਡ ਆ ਦੋਸਤੋ, ਸਮਾਂ ਕੋਈ ਜ਼ਿਆਦਾ ਨਹੀਂ, ਹਫ਼ਤਾ ਖੰਡ ਕੁ ਸਮਾਂ ਲੈਂਦੀ ਆ। ਸੋ ਜਿੰਨਾ ਪਸ਼ੂ ਨੇ ਬੰਨਾ ਥੰਨਾ ਕਰਮ ਵਾਲੀ, ਥੱਲਿਓਂ ਪੂਰਾ ਅਡਰ ਉਡਰ ਪੂਰਾ ਫੁੱਟਬਾਲ ਵਰਗਾ ਲੇਵਾ ਬਣਾ ਕੇ ਤਿਆਰ ਕਰੂਗੀ, ਵੈਸੇ ਲਾਹੇ ਬਣਾਏ ਜਿੰਨਾ ਕੁ ਪਈ ਆ, ਉਹ ਬਿਲਕੁਲ ਕਾਰਗੁਜ਼ਾਰੀ ਤੁਹਾਨੂੰ ਸਾਹਮਣੇ ਦੇਸੀ ਰਹੀ ਹੈ ਵੀ ਸੋਹਣੀ ਕਾਰਗੁਜ਼ਾਰੀ ਆ, ਅਤੇ ਅੱਗੇ ਵੀ ਉਮੀਦ ਕਰਦੇ ਹਾਂ ਵੀ ਹਜੇ ਇੰਨੇ ਕੁ ਦਿਨਾਂ ਦੇ ਵਿੱਚ ਸੋਹਣਾ ਬਣੂਗੀ ਤੁਹਾਡਾ। ਅੱਛਾ ਗਰਲਾਲ, ਇਹ ਕਿੰਨੇ ਦੀ ਦੇ ਦਈਏ ਫਿਰ? ਇਹ ਸੰਧੂ ਸਾਹਿਬ, ਜਦੋਂ ਬੱਚੀ ਸੂਬੀ ਜੇ ਆਪਣੇ ਕੋਰੇ ਹੀ ਕਰਮ ਵਾਲੀ, ਫਿਰ ਆਪਾਂ ਬੱਚੀ ਦੇਵਾਂਗੇ 50,000 ਦੀ ਜੀ। ਚਲੋ ਅੱਜ 8 ਦਿਨ ਅਗਲੇ ਨੇ ਸਾਂਭਣੀ ਆ, ਜਿਹੜਾ ਭੈਣ ਭਰਾ ਵੀ ਖਰੀਦ ਕਰੂ 45,000 ਦੀ ਬੱਚੀ ਦੇ ਦਾਂਗੇ ਸੰਧੂ ਸਾਹਿਬ। 45,000? ਹਾਂਜੀ, ਜੈਸ ਨੂੰ ਜਿਹੜੀ ਲਾਸਟ ਦੇਵਾਂਗੇ। ਠੀਕ ਆ ਜੀ ਜੀ, ਲਓ ਵੀ 45,000 ਦੀ ਦੋਸਤੋ ਇਹ ਤੁਹਾਨੂੰ ਵੈੜ ਮਿਲ ਜੂਗੀ, ਠੀਕ ਆ ਜੀ। ਨਵੀਂ ਆ ਬੱਚੀ, ਪਹਿਲਾਂ ਸੂਆ ਸੂਣ ਵਾਲੀ ਆ, ਜਰਸੀ ਕ੍ਰੋਸਿੰਗ ਦੇ ਵਿੱਚ ਆ, ਤੇ 45,000 ਦੀ ਲਾਸਟ ਵਾਲੀ ਵੈੜ ਹੋ ਜੂਗੀ, ਠੀਕ ਆ ਜੀ। ਸੰਧੂ ਸਾਹਿਬ, ਠੰਡੀ ਵੜੀ ਗੜੀ ਜਿੱਥੇ ਖਲੋ ਜਾਂਦੀ, ਕਿਤੇ ਲੱਤਾਂ ਨਹੀਂ ਲਾਉਂਦੀ, ਇਹ ਨਹੀਂ ਵੀ ਐਵੇਂ ਸ਼ੂਕਰ ਪੂਣਾ ਜਿਹਾ ਵਿਖਾਈ ਜਾਣਾ, ਉਹ ਕੰਮ ਨਹੀਂ ਹੈਗਾ। ਸਹੀ ਹੈ, ਸਹੀ ਹੈ, ਹਾਂਜੀ। ਲਓ ਦੋਸਤੋ, ਜਿਹੜੇ ਵੀਰ ਨੇ ਨੋਰਮਲੀ ਇੰਨੇ ਕੁ ਪੈਸੇ ਖਰਚ ਕਰਨੇ ਆ ਇਸ ਬ੍ਰੀਡ ਦੇ ਤੁਸੀਂ ਖਰੀਦਣ ਦੇ ਸ਼ੌਕੀਨ ਜੇ, ਤਾਂ ਜ਼ਰੂਰ ਹੱਥ ਪਾ ਸਕਦੇ ਜੇ। ਵੈੜ ਚੰਗੀ ਆ, ਸਾਰੇ ਪਾਸਿਓਂ ਪੂਰੀ ਆ, ਪ੍ਰੋਪਰ ਆ। ਬਾਕੀ ਤੁਹਾਨੂੰ ਥਣ ਦੇ ਬਾਅਦ ਚੰਗੀ ਤਸੱਲੀ ਨਾਲ ਦਿਖਾਤਾ, ਫੇਸ ਫੂਸ ਕੁਆਲਿਟੀ ਚੰਗੀ, ਇੱਕ ਵਾਰੀ ਤੁਸੀਂ ਫਿਰ ਦੇਖੋ। ਆ ਲਓ ਜੀ, ਠੀਕ ਆ ਜੀ। ਲੈ ਵੀ ਵੀਰ ਗਰਲਾਲ, ਇਹ ਅੱਜ 3 ਵੈੜਾਂ ਆਪਣੇ ਕੋਲ ਵਿਕਾਊ। ਹਾਂਜੀ ਹਾਂਜੀ ਸੰਧੂ ਸਾਹਿਬ, ਠੀਕ ਆ। ਤੇ ਨੰਬਰ ਬੋਲ ਦਈਏ ਆਪਣੇ ਸੰਧੂ ਸਾਹਿਬ, 82-71-82-4-97, ਦੂਜਾ ਨੰਬਰ 82-98-16-207। ਠੀਕ ਆ ਜੀ ਜੀ।
ਲਓ ਦੋਸਤੋ, ਇਹ ਸਨ ਮੇਰੇ ਨਾਲ ਵੀਰ ਗੁਰਲਾਲ ਸਿੰਘ, ਪਿੰਡ ਸੁਰ ਸਿੰਘ। ਸੁਰ ਸਿੰਘ ਪਿੰਡ ਤੋਂ ਦੋਸਤੋ ਜਿਹੜੀ ਸੜਕ ਪਿੰਡ ਮਾਣੇ ਮੱਲੀਆਂ ਨੂੰ ਜਾਂਦੀ, ਇਸੇ ਸੜਕ ਦੇ ਉੱਪਰ ਘਰ ਹੈਗਾ, ਠੀਕ ਹੈ ਜੀ। ਅਤੇ ਤਿੰਨ ਵਿਹੜਾਂ ਅੱਜ ਤੁਹਾਨੂੰ ਇਹ ਦਿਖਾਉਣੀਆਂ ਸੀਗੀਆਂ, ਦੋ ਜਿਹੜੀਆਂ ਹੁਣ ਬੌਲੇ 'ਤੇ ਕਹਿ ਲਓ ਚਾਹੇ ਦੁੱਧ 'ਤੇ ਚੱਲਣ ਡਈਆਂ, ਇਹ ਦੋਨਾਂ ਵਿਹੜਾਂ ਦੀ ਗੱਲ ਕੀਤੀ ਹੈ। ਇੱਕ ਬਿਲਕੁਲ ਆਪਾਂ ਜਿਹੜੀ ਅੱਗੇ ਸੱਜਰ ਸੂਨ ਵਾਲੀ ਆ ਢੁੱਕੀ ਵੈੜ ਦਿਖਾਤੀ ਹੈ ਤੁਹਾਨੂੰ, ਠੀਕ ਆ। ਰੇੜਪੜ ਤਾਂ ਜਿਹੜਾ ਦੋਸਤੋ ਬਿਲਕੁਲ ਜਾਇਜ਼ ਆ, ਜਨ ਹੋਣਾ, ਪਰ ਫਿਰ ਵੀ ਕੋਈ ਵੀ ਇਹਦੇ 'ਤੇ ਆਣ ਕੇ ਆਪਣੀ ਤਸੱਲੀ ਕਰਦਾ, ਥੋੜ੍ਹਾ ਬਹੁਤਾ ਵਿੱਚੋਂ ਛੋੜ ਛਾਪਾ ਮਾਨਤਨ ਮੌਕੇ 'ਤੇ ਆ, ਉਹ ਹੁੰਦਾ ਰਹਿੰਦਾ, ਠੀਕ ਹੈ ਜੀ, ਜਿਹੜਾ ਕੋਈ ਖਰੀਦਦਾਰ ਵੀਰ ਹੁੰਦਾ। ਹੋਰ ਗੁਰਲਾਲ ਬਈ ਕੋਈ ਗੱਲਬਾਤ? ਕੋਈ ਗੱਲ ਨਹੀਂ ਸੰਧੂ ਸਾਹਿਬ, ਕੋਈ ਭੈਣ ਭਰਾ ਆਵੇ ਆਪਣੇ ਕੋਲ ਚੱਲ ਕੇ ਫੋਨ ਕਰੇ, ਆਪਾਂ ਮਾਨਤਾਨ ਕਰਾਂਗੇ ਕੋਈ, ਜਿੰਨਾ ਵੀ ਹੋ ਸਕਦਾ। ਮੈਂ ਕੋਈ ਗੱਲ ਨਹੀਂ, ਇਹ ਨਹੀਂ ਵੀ ਆਪਾਂ ਮਹੀਨੇ ਪਿੱਛੋਂ ਵੀਡੀਓ ਪਾਉਣ ਲੱਗੇ ਹਾਂ, ਜੇ ਆਪਾਂ ਮੁੱਲ ਜ਼ਿਆਦਾ ਕਰ ਦਾਂਗੇ, ਆਪਾਂ ਚਲੋ ਸਮੇਂ ਦੇ ਹਿਸਾਬ ਨਾਲ ਹੀ ਆ, ਆਪਾਂ 80-80 ਹਜ਼ਾਰ ਤੱਕ ਵੈੜਾਂ ਵੇਟ ਚੱਲੀਆਂ, ਤੇ ਹੁਣ ਥੋੜਾ ਜਿਹਾ ਫਰਕ ਪਿਆ ਵਾ ਮੌਸਮ ਦਾ, ਗਰਮੀ ਦੀ ਰੁੱਤ ਦਾ ਫਰਕ ਪਿਆ। ਹਾਂਜੀ, ਪਰ ਇਹਨਾਂ ਵੀ ਆਪਾਂ ਲਿਆਉਣੇ ਕ੍ਰੋਸ, ਵੇਖ ਲਓ ਕੋਈ ਘਰਕਣ ਨਹੀਂ ਡਈ, ਕੋਈ ਗਰਮੀ ਨਹੀਂ ਮਨਾਉਂਦੀਆਂ ਕਰਮ ਵਾਲੀਆਂ। ਬਿਲਕੁਲ, ਹਾਂਜੀ। ਲਓ ਦੋਸਤੋ, ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇਹ ਤੁਹਾਨੂੰ ਤਿੰਨ ਨਗ ਦਿਖਾਉਣੇ ਸੀਗੇ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਜੀ।